ਸ੍ਰੀਕਾਲ ਬਾਈ ਜੀ ਸਾਰਿਆਂ ਨੂੰ ਅੱਜ ਤੁਸੀਂ ਦੇਖ ਰਹੇ ਹੋ ਓਲਡ ਰੀਪਰ ਰਿਪੇਅਰ ਯੂਟਿਊਬ ਚੈਨਲ ਅੱਜ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਵੀਰੇ ਸੁਪਰ ਸੀਡਰ ਬਾਰੇ ਆ ਜਾਓ ਪਹਿਲਾਂ ਆਪਣੇ ਰੀਪਰ ਦਾ ਧਿਆਨ ਮਾਰ ਲਓ ਆ ਜਾਓ ਫਿਰ ਅੱਗੇ ਮੌਸਮ ਖਰਾਬ ਹੈ ਬਾਰਿਸ਼ ਦਾ ਟਾਈਮ ਹੈ ਬਾਰਿਸ਼ ਬਹੁਤ ਜ਼ਿਆਦਾ ਹੋ ਜਾਂਦੀ ਹੈ ਇਹ ਰੋਟਾਵੇਟਰ ਆ ਜਾਂਦੇ ਨੇ ਸੁਪਰ ਸੀਡਰ ਆਈ ਜਾਂਦੇ ਨੇ ਵਿਕੀ ਜਾਂਦੇ ਨੇ ਦਸ਼ਮੇਸ਼ ਦੇ ਸੁਪਰ ਸੀਡਰ ਦੀ ਆਪਾਂ ਨੇ ਵੀਡੀਓ ਪਾਈ ਸੀ ਵਿਕ ਗਿਆ ਸੋਲਡ ਹੋ ਗਿਆ ਇਹ ਆ ਗਿਆ ਜੀ ਕਰਵਾਜ 7 ਫੁੱਟ ਦਾ ਸੁਪਰ ਸੀਡਰ ਹੈ ਨਵੇਂ ਬਲੇਡ ਰੋਟਾਵੇਟਰ ਵਾਲੇ ਲੱਗੇ ਹੋਏ ਨੇ ਪਿਸਤੌਲ ਆ ਗਏ ਐਲੂਮੀਨੀਅਮ ਦੇ ਪਿਸਤੌਲ ਨੇ ਬਹੁਤ ਵਧੀਆ ਇੰਪਲੀਮੈਂਟ ਹੈ ਹੈਵੀ ਰੂਲਾ ਆ ਗਿਆ ਬੈਕ ਸਾਈਡ ਰੂਲਾ ਆ ਗਿਆ 6 ਇੰਚੀ ਡਿਸਕਾਂ ਆ ਗਈਆਂ ਸਟੀਲੀ ਡਿਸਕਾਂ ਨੇ ਅਤੇ ਵਧੀਆ ਸਪਰਿੰਗ ਵਾਲੇ ਪਾਈਪ ਲੱਗੇ ਹੋਏ ਨੇ ਨਾਲ ਰੋਟਾਵੇਟਰ ਦੀ ਕਿੱਟ ਆਉਂਦੀ ਹੈ ਕਿੱਟ ਵੈਸੇ ਹੈ ਨਹੀਂ ਇਹਦੇ ਨਾਲ ਪੁਰਾਣਾ ਸੁਪਰ ਸੀਡਰ ਹੈ 21 ਮਾਡਲ ਹੈ ਜੀ 2 ਸੀਜ਼ਨ ਲੱਗ ਇੱਕ ਸੀਜ਼ਨ ਲੱਗ ਚੁੱਕਿਆ ਇਹਦਾ ਪਹਿਲਾਂ ਚੱਲਿਆ ਹੋਇਆ ਦੂਜੀ ਵਾਰ ਦੇ ਬਲੇਡ ਲੱਗੇ ਹੋਏ ਨੇ ਵਧੀਆ ਹੈਵੀ ਡਿਊਟੀ ਦਾ ਗੇਅਰ ਲੱਗਿਆ ਹੋਇਆ ਮਲਟੀ ਸਪੀਡ ਗੇਅਰ ਹੈ ਵਧੀਆ ਪਲਾਜ਼ਮਾ ਦੀ ਕਟਿੰਗ ਦੀ ਸਾਰੀ ਚੱਦਰ ਲੱਗੀ ਹੋਈ ਹੈ ਅਤੇ ਪਲਾਜ਼ਮਾ ਲੇਜ਼ਰ ਮਸ਼ੀਨ ਦੀ ਪਲੇਟਾਂ ਦੀ ਕਟਿੰਗ ਸਾਰੀ ਪਲਾਜ਼ਮਾ ਦੀ ਹੈ ਬਾਕੀ ਬਹੁਤ ਸੋਹਣੇ ਇੰਪਲੀਮੈਂਟ ਬਣਾਉਂਦੇ ਨੇ ਗਰਵਾਜ ਕੰਪਨੀ ਬਹੁਤ ਸੋਹਣੇ ਸੁਪਰ ਸੀਡਰ ਨੇ ਜੀਰੋ ਡਰਿੱਲ 2D ਮਸ਼ੀਨ ਬਹੁਤ ਸੋਹਣੇ ਸੋਹਣੇ ਇੰਪਲੀਮੈਂਟ ਬਣਾਉਂਦੇ ਨੇ ਆ ਜਾਓ ਤੁਹਾਨੂੰ ਅੱਗੇ ਹੋਰ ਜਾਣਕਾਰੀ ਦੇਵਾਂਗੇ ਇਹ ਆ ਜੀ ਵੀਰੇ ਵਰਕਸ਼ਾਪ ਆਪਣੀ ਧਿਆਨ ਮਾਰ ਲਓ ਵਰਕਸ਼ਾਪ ਹੈ ਜਿੱਥੇ ਆਪਾਂ ਤੂੜੀ ਵਾਲੀਆਂ ਮਸ਼ੀਨਾਂ ਰੋਟਾਵੇਟਰ ਵਗੈਰਾ ਰਿਪੇਅਰ ਕਰਦੇ ਹਾਂ ਅਤੇ ਵਧੀਆ ਵਧੀਆ ਮੰਨ ਲਓ ਵੀ ਸੰਦ ਆਉਂਦੇ ਨੇ ਆਪਾਂ ਰਿਪੇਅਰ ਕਰੀ ਜਾਂਦੇ ਹਾਂ ਇਹਨਾਂ ਦੀ ਚੱਲੀ ਜਾਂਦਾ ਕੰਮ ਹੁਣ ਸੀਜ਼ਨ ਚੱਲ ਪੈਣਾ ਅੱਗੇ ਰਿਪੇਅਰ ਦਾ ਕੰਮ ਚਾਲੂ ਹੋ ਜਾਣਾ ਮਾਰਚ ਕਰਕੇ ਕੰਮ ਬੰਦ ਹੈ ਅੱਜ ਤੁਹਾਨੂੰ ਰੀਪਰ ਲਗਾ ਦਿੰਦੇ ਹਾਂ ਉਸ ਦਿਨ ਵੀ ਦਿਖਾਇਆ ਸੀਗਾ ਬਾਰਿਸ਼ ਕਰਕੇ ਅਜੇ ਪੇਂਟ ਵਗੈਰਾ ਹੋ ਨਹੀਂ ਸਕਿਆ ਪ੍ਰਾਈਮਰ ਕਰਨਾ ਸੀਗਾ ਇਹਨੂੰ ਅਜੇ ਕੀਤਾ ਨਹੀਂ ਬਾਰਿਸ਼ ਮੌਸਮ ਖਰਾਬ ਹੈ ਇਸ ਕਰਕੇ ਅਜੇ ਇਹਨੂੰ ਪੇਂਟ ਨਹੀਂ ਹੋਇਆ ਕੰਮ ਰੈਡੀ ਹੈ ਇਹਦਾ ਸਾਰਾ ਸਿਰਫ ਪੇਂਟ ਪੇਂਟ ਰਹਿੰਦਾ ਜਿਹਦੇ ਜਿਸ ਦਿਨ ਤਿਆਰ ਹੋ ਗਿਆ ਉਸ ਦਿਨ ਤੁਹਾਨੂੰ ਇਹਦੀ ਵੀਡੀਓ ਦੁਬਾਰੇ ਬਣਾ ਕੇ ਪਾਵਾਂਗੇ ਆ ਜਾਓ ਆਪਣੇ ਕੇਸ ਦੇ ਰੀਪਰ ਆ ਗਿਆ ਵਿਸ਼ਕਰਮਾ ਆ ਗਿਆ ਇਹ ਆ ਗਿਆ ਜੀ ਦਸ਼ਮੇਸ਼ ਲੈਂਡ ਫੋਰਸ ਅਮਰਗੜ੍ਹ 8 ਫੁੱਟ ਸਾਈਜ਼ ਇਹਦਾ 8 ਫੁੱਟ ਨਵੇਂ ਬਲੇਡ ਪਏ ਹੋਏ ਨੇ ਬਲੇਡ ਪਾ ਕੇ 20 ਕਿੱਲੇ ਬੀਜੇ ਹੋਏ ਨੇ ਸੋਹਣੀ ਕੰਡੀਸ਼ਨ 'ਚ ਸੁਪਰ ਸੀਡਰ ਹੈ ਡਿਸਕਾਂ ਲਾਉਂਦੇ ਨੇ ਕੱਟ ਵਾਲੀਆਂ ਸਟੀਲੀ ਡਿਸਕਾਂ ਨੇ ਅਤੇ ਹੈਵੀ ਡਿਊਟੀ ਗੇਅਰ ਵਧੀਆ ਲੈਂਡ ਫੋਰਸ ਕੰਪਨੀ ਆਪ ਬਣਾ ਕੇ ਲਾਉਂਦੀ ਹੈ ਵਧੀਆ ਗੇਅਰ ਹੈ ਡਬਲ ਡਿਸਕਾਂ ਨੇ ਫਰੰਟ ਡਿਸਕਾਂ ਦੋਨੇ ਪਲਾਸਟਿਕ ਦੇ ਪਾਈਪ ਜੋ ਪਿਸਤੌਲਾਂ ਤੋਂ ਲੱਗਦੇ ਨੇ ਸਪਰਿੰਗਦਾਰ ਪਾਈਪ ਨੇ ਪਾਈਪ ਮੁੱਸਦਾ ਨਹੀਂ ਟੁੱਟਦਾ ਨਹੀਂ ਬਹੁਤ ਸੋਹਣੇ ਸੁਪਰ ਸੀਡਰ ਬਣਾਉਂਦੇ ਨੇ ਸਾਈਡ ਚੈਨ ਆ ਗਈ ਹੁਣ ਇਹ ਗੇਅਰ ਲੱਗੇ ਲਾਉਣ ਪਹਿਲਾਂ ਚੈਨ ਲਾਉਂਦੇ ਸੀਗੇ 20 'ਚ ਚੈਨ ਆਈ ਹੈ 20 ਮਾਡਲ ਹੈ ਜੀ ਬਾਕੀ ਹੈਵੀ ਡਿਊਟੀ ਪਹੀਆ ਲਾਉਂਦੇ ਨੇ ਅਤੇ ਇੱਕ ਵਾਰੀ ਨਿਗਾਹ ਮਾਰ ਲਓ ਦੁਬਾਰੇ ਤੂੜੀ ਵਾਲੀਆਂ ਮਸ਼ੀਨਾਂ 'ਤੇ ਤੂੜੀ ਵਾਲੀਆਂ ਮਸ਼ੀਨਾਂ 'ਤੇ ਨਿਗਾਹ ਮਾਰ ਲਓ ਇੱਕ ਵਾਰੀ ਇੱਧਰ ਸਾਰੀਆਂ ਤੂੜੀ ਵਾਲੀਆਂ ਮਸ਼ੀਨਾਂ ਖੜ੍ਹੀਆਂ ਨੇ ਦਿਖਾਓ ਜੀ ਆਪਣੀਆਂ ਤੂੜੀ ਵਾਲੀਆਂ ਮਸ਼ੀਨਾਂ ਦਿਖਾਓ ਕੇਸ 21 ਮਾਡਲ ਵਗੈਰਾ ਸਾਰੀਆਂ ਮਸ਼ੀਨਾਂ ਖੜ੍ਹੀਆਂ ਨੇ ਆਪਣੇ ਨਵੇਂ ਮੌਜੂਦ ਨੇ ਕਿਸੇ ਵੀਰ ਭਾਈ ਨੇ ਕੋਈ ਤੂੜੀ ਵਾਲੀ ਮਸ਼ੀਨ ਲੈਣੀ ਹੁੰਦੀ ਆਪਣੇ ਨਾਲ ਸੰਪਰਕ ਕਰ ਸਕਦਾ ਕੰਟੈਕਟ ਨੰਬਰ ਆਪਾਂ ਪਾਵਾਂਗੇ ਅਤੇ ਵੀਡੀਓ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਵੀਰੇ ਜ਼ਰੂਰ ਅਤੇ ਬਾਕੀ ਜਿਵੇਂ ਜਿਵੇਂ ਰਿਪੇਅਰ ਦਾ ਆਉਂਦਾ ਰਹੂਗਾ ਆਪਣੇ ਲਵੇ ਰਿਪੇਅਰ ਦਾ ਕੰਮ ਆਉਂਦਾ ਰਹਿਣਾ ਆਪਾਂ ਵੀਡੀਓ ਬਣਾਉਂਦੇ ਰਹਾਂਗੇ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਮੰਨ ਲਓ ਆਪਾਂ ਚੈਨਲ 'ਤੇ ਪਊਗੀ ਵੀਡੀਓ ਦੇਖੋ ਅਤੇ ਤੁਹਾਡਾ ਧੰਨਵਾਦ ਕਰਦੇ ਹਾਂ ਵੀਰੇ ਬਹੁਤ ਬਹੁਤ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ